ਸਤਿ ਸ਼੍ਰੀ ਅਕਾਲ ਦੋਸਤੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਪਵਨ ਆ, ਤੁਹਾਨੂੰ ਪਤਾ ਹੀ ਆ ਤੇ ਮੈਂ ਗਿਆ ਸੀ ਰਾਜਸਥਾਨ ਤੇ ਮਹਾਰਾਸ਼ਟਰ ਦੇ ਟੂਰ ਤੇ ਤੇ ਇਹਦਾ ਬਰਥਡੇ ਸੀ ਮੈਡਮ ਦਾ ਤੇ ਮੈਨੂੰ ਭੁੱਲ ਗਿਆ ਚੇਤਾ। ਦੋ ਦਿਨਾਂ ਬਾਅਦ ਮੈਂ ਉੱਪਰ ਟੱਪ ਗਏ ਤੇ ਫਿਰ ਘਰੇ ਆਇਆ ਤੇ ਹੁਣ ਆਪਾਂ ਇਹਨੂੰ ਕੋਈ 100-200 ਰੁਪਏ ਦਾ ਕੇਕ ਲਿਆ ਕੇ ਇਹਨੂੰ ਮਨਾਉਣੇ ਆ। ਮਨ ਤਾਂ ਇਹਨੇ 100-200 ਨਾਲ ਹੀ ਜਾਣਾ ਤੇ ਤੁਸੀਂ ਵੀ ਮੇਰੇ ਜਿਹੜੇ ਭੈਣ ਭਰਾ ਸਾਡੀ ਵੀਡੀਓ ਦੇਖਦੇ ਆ ਤੇ ਸਾਰੇ ਜਾਣੇ ਇਹਨੂੰ ਬਰਥਡੇ ਵਿਸ਼ ਜ਼ਰੂਰ ਕਰ ਦਿਓ, ਸ਼ਾਇਦ ਮੇਰੇ ਨਾਲ ਲੜਾਈ ਇਹਦੀ ਖਤਮ ਹੋ ਜੇ। ਇੱਕ ਤਾਂ ਬੋਲਦੀ ਘੱਟ ਉਦਣ ਦੀ ਵੀ ਤੁਸੀਂ ਮੇਰਾ ਬਰਥਡੇ ਚੇਤਾ ਭੁੱਲ ਗਿਆ, ਮੈਨੂੰ ਤਾਂ ਆਪਦੇ। ਹਾਂ ਕਿਹਦਾ ਬਰਥਡੇ ਪੁੱਤ? ਮੰਮਾ ਦਾ ਬਰਥਡੇ ਆ ਤੇ ਹੁਣ ਅਸੀਂ ਚੱਲੇ ਕੇਕ ਲੈਣ, ਮੈਨੂੰ ਤਾਂ ਆਪਦਾ ਨੀ। ਮੈਂ ਆਪਦਾ ਜ਼ਿੰਦਗੀ ਚ ਜਦੋਂ ਵਿਆਹ ਤੋਂ ਬਾਅਦ ਇੱਕ ਬਰਥਡੇ ਮਨਾਇਆ ਆਪਦਾ, ਕੇਕ ਕੱਟਿਆ, ਨਹੀਂ ਤਾਂ ਮੈਂ ਅੱਜ ਤੱਕ ਹੀ ਨੀ ਕਦੀ ਕੇਕ ਕੱਟਿਆ। ਤੇ ਇਹ ਹੁਣ ਆਪਾਂ ਇਹਦੇ ਵਾਸਤੇ ਚੱਲੇ ਕੇਕ ਲੈਣ ਖੂਹੀਆਂ ਸਰਵਰ ਤੇ ਤੁਸੀਂ ਬਲੌਗ ਨਾਲ ਬਣੇ ਰਹੋ। ਉਮੀਦ ਹੈ ਤੁਹਾਨੂੰ ਇਹ ਵੀ ਸਾਡਾ ਬਲੌਗ ਚੰਗਾ ਲੱਗੂਗਾ। ਅਸੀਂ ਚੱਲੇ ਕਿੱਥੇ? ਅਸੀਂ ਖੂਹੀਆਂ ਸਰਵਰ ਆ ਜਿਹੜਾ ਇੱਥੇ ਨਾਲ ਹੀ ਹੈਗਾ। ਹਾਂ ਜਦ ਜਾਂਦੇ ਤਾਂ ਕਿਸੇ ਬਹੁਤ ਦੂਰ ਤਾਂ ਲੈ ਕੇ ਜਾਂਦੇ ਤੈਨੂੰ। ਚੱਲ ਫਿਰ ਘੁਮਾਵਾਂਗੇ, ਅਗਲੀ ਵਾਰੀ ਆਪਾਂ ਚੱਲਾਂਗੇ ਦੂਰ ਕਿਤੇ ਜਦੋਂ ਹੁਣ ਨੈਕਸਟ ਪਲਾਨ ਕੀਤਾ। ਮੇਰਾ ਵੀ ਫੱਟ ਹੋਇਆ ਦੀ। ਤੇਰਾ ਵੀ ਹੈਪੀ ਬਰਥਡੇ ਸੀਗਾ? ਹਾਂ। ਫਿਰ ਬਰਥਡੇ ਗਿਫਟ ਇਹਨੂੰ ਦਵਾ ਰਹੇ ਆ। ਚੱਪਲਾਂ ਮਾਰਦੀ ਤਾਂ ਨਹੀਂ? ਨਹੀਂ ਅੱਗੇ ਕਿੰਨੀਆਂ ਕੁ ਮਾਰਦੀ ਆ। ਆਪਾਂ 200 ਦਾ ਕੇਕ ਲੈਣਾ ਤੇ 200 ਦੀਆਂ ਚੱਪਲਾਂ ਦਵਾ ਦੇਣੀਆਂ ਨੂੰ। ਹਾਂਜੀ ਆ ਦੇਖੋ ਤੁਸੀਂ ਚੱਪਲਾਂ ਚਾਹੀਏ ਤੂੰ ਮਹਿੰਗੀਆਂ ਲੈ ਲਾ, ਕੋਈ ਚੱਕਰ ਨਹੀਂ। ਆ ਦੇਖੋ ਦੋਸਤੋ ਨਾ ਜੈਸ ਨੇ ਇੱਕ ਆ ਸੈਂਡਲ, ਇੱਕ ਆ ਵਾਲੀ ਸੈਂਡਲ ਜੈਸ ਦੀ ਤਾਂ ਗਰਮੀ ਕੱਪੜੇ ਵੀ ਲੈ ਜਾਂਦੇ ਤੇ ਆਪਾਂ। ਆ ਦੇਖੋ ਦੋਸਤੋ ਕਾ ਸੈਂਡਲ ਲੈ ਤੇ ਜੈਸ ਵੀਕ ਨੂੰ ਠੀਕ ਹੈ। ਸੁਣੀਏ ਇੱਕ ਚੱਪਲ ਆ ਵਾਲੀਆਂ ਚੱਪਲਾਂ ਕਰ ਲਾ ਪਸੰਦ ਤੁਹਾਨੂੰ, ਘੰਟਾ ਹੋ ਕੇ ਲੱਗੇ ਨੂੰ ਆ ਸਹੀ ਕਲਰ। ਚਲੋ ਫਿਰ ਇਹ ਦੇ ਦੋ। ਦੋ ਲੜਾ ਲੈਣੇ ਤਾਂ ਨਹੀਂ, ਦੋ ਤਾਂ ਕੀ ਕਰਨੇ ਤੁਹਾਨੂੰ ਬਰਥਡੇ ਗਿਫਟ ਆ। ਕਿੰਨੇ? ਨਹੀਂ ਹੋਰ ਨਹੀਂ, ਮਤਲਬ ਕੀ ਹੈਗਾ ਹੋਰ ਡਿਜ਼ਾਈਨ ਸਰਵਰ ਖੂਹੀਆਂ ਦੇ ਵਿੱਚ ਸਰਦਾਰ ਜੀ ਤੇ ਆਪਣਾ ਨਾਮ ਲੈ ਕੇ ਆਯੋ ਤੇ ਇਥੋਂ ਫ੍ਰੀ ਚ, ਮਤਲਬ ਫ੍ਰੀ ਚ ਨੀ 10-15% ਡਿਸਕਾਊਂਟ ਤੁਹਾਨੂੰ ਮਿਲ ਜੂਗਾ। ਮਿਲ ਜੂਗਾ ਇੰਨਾ ਤਾਂ। ਇਹ ਬਹੁਤ ਵਧੀਆ ਭਰਾ ਜੀ ਆਪਣੇ ਦੋਸਤੋ। ਇਹ ਕਹਿੰਦਾ ਭਾਈ ਸਾਹਿਬ ਕਹਿੰਦੇ ਵੀ ਅਸੀਂ ਤੁਹਾਡੇ ਤੋਂ ਪੈਸੇ ਲੈਣੇ ਨੀ। ਮੈਂ ਕਿਹਾ ਪੈਸੇ ਤੁਹਾਨੂੰ ਦੇ ਕੇ ਜਾਣੇ, ਮਾਣ ਅਸੀਂ ਇੰਨੀਆਂ ਚੱਪਲਾਂ ਲਾਈਆਂ, ਫਿਰ ਦੇਖੋ ਤੁਸੀਂ। ਤੇ ਹੁਣ ਬਿੱਲ ਨੀ ਦੇਖਦੇ ਆਪਾਂ ਕਿੰਨੇ ਡਿਸਕਾਊਂਟ ਦਿੰਦੇ, ਕੈਮਰੇ ਦੇ ਸਾਹਮਣੇ ਲਾ ਵੀ ਨੀ ਸਕਦੇ, ਜ਼ਿਆਦਾ ਲਾ ਵੀ ਨੀ ਸਕਦੇ ਆ। ਮਤਲਬ ਅਸੀਂ ਸ਼ਾਪਿੰਗ ਕਰ ਲਈ ਆ, ਪਾਵਾਂ ਚੱਪਲਾਂ ਦਵਾ ਲੈ ਲੈ ਕਰਕੇ, ਬੜਾ ਖਰਚਾ ਨੀ ਕੀਤਾ। 300 ਰੁਪਏ ਦਾ ਕੇਕ ਆਇਆ, ਵਿੱਚ ਹੀ ਪੈਟੀਜ ਆ ਗਈਆਂ, 350 ਰੁਪਏ ਲੱਗਿਆ ਸਾਰਾ। 300 ਦੀਆਂ ਚੱਪਲਾਂ, 300 ਦੀਆਂ ਚੱਪਲਾਂ ਆਈਆਂ। ਨਹੀਂ ਤਾਂ ਕਈ ਲੋਕ 300 ਦੀਆਂ ਚੱਪਲਾਂ ਤੇ 300 ਦਾ ਕੇਕ, ਤੇ ਕੇਕ ਕਿਹੜਾ ਮੈਂ ਇਕੱਲੀ ਨਹੀਂ ਖਾ ਜਾਣਾ। ਫਿਰ ਵੀ ਪਵਨ ਨੀ ਕਹਿੰਦੀ, ਪੈਸੇ ਤਾਂ ਵਾਹਿਗੁਰੂ ਦੀ ਕਿਰਪਾ ਪਹਿਲਾਂ ਵੀ ਵਾਧੂ ਹੀ ਸੀਗੀ ਤੇ ਐਵੇਂ ਦੀ ਕੋਈ ਗੱਲ ਨੀ ਗੀ। ਯਾਰ ਪਹਿਲਾਂ ਤਾਂ ਆਪਾਂ ਆਪਦੇ ਬਜ਼ੁਰਗਾਂ ਦੇ ਦਿੱਤੇ ਤੇ ਕੰਮ ਕਰਦੇ ਸੀ ਨਾ, ਹੁਣ ਅਸੀਂ ਮਿਹਨਤ ਕਰਦੇ ਆ। ਕੂਕ ਲੈ ਕੇ ਜੈਸ਼ ਸਾਡੇ ਨੂੰ ਬੁਖਾਰ ਚੜ ਗਿਆ, ਬਹੁਤ ਹੀ ਜ਼ਿਆਦਾ ਬੁਖਾਰ ਚੜਿਆ ਜੈਸ਼ ਨੂੰ। ਜੈਸ਼ ਹੋ ਜੂਗਾ ਸਹੀ, ਕੋਈ ਨਾ ਦਵਾਈ ਦਿੱਤੀ ਵਿਚਾਰੇ ਦੇ ਕੰਨ ਵੀ ਲਾੜ ਹੋਏ ਪਾਉਣ, ਹੁਣ ਤਾਂ ਜ਼ਿਆਦਾ ਚੜਿਆ ਸੀ। ਭੋਲੂ ਜਾ, ਬਾਹਲਾ ਹੀ ਭੋਲਾ ਜੈਸ਼ ਤਾਂ। ਜੈਸ਼ ਕਹਿੰਦਾ ਉਹਨਾਂ ਨੂੰ ਨੀ ਕਹਿਣਾ, ਦੀਦੀਆਂ ਨਾਲ ਸਾਰਾ ਦਿਨ ਖੇਡਦਾ ਤਾਂ ਰਹਿੰਦਾ ਤੇ ਉਹਨਾਂ ਨੂੰ ਕਹਿਣਾ ਨੀਗਾ, 20 ਮਿੰਟਾਂ ਨੂੰ ਆ ਜਾਓ ਚੰਗਾ। 5-10 ਮਿੰਟਾਂ ਨੂੰ ਆ ਜਾਓ, ਕੱਪੜੇ ਪਾ ਲਓ।
ਨਹੀਂ ਕੱਪੜਿਆਂ ਨੂੰ ਕੁਛ ਨਹੀਂ ਹੁੰਦਾ, ਵਧੀਆ ਹੈਗੇ ਕੱਪੜੇ ਐਵੇਂ ਵਿੱਚ ਹੁੰਦੇ। ਐਂ ਆ ਜਾ, ਚਲ ਐਂ ਆ ਜਾ, ਐਂ ਆ ਜਾਣਗੇ। ਸਤਿ ਸ੍ਰੀ ਅਕਾਲ ਬੁਲਾਓ ਸਾਰਿਆਂ ਨੂੰ। ਸਤਿ ਸ੍ਰੀ ਅਕਾਲ, ਤੁਸੀਂ ਬੁਲਾਓ ਬੀਬੀ। ਸਤਿ ਸ੍ਰੀ ਅਕਾਲ ਬੁਲਾਓ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਭਰਾਵਾ। ਵੀ ਮੈਂ ਕੇਕ ਹੁਣੇ ਕੱਟਣਾ, ਪਤਾ ਨਹੀਂ ਅੱਛਾ ਬੱਚਾ ਨਹੀਂ ਹੈ ਜੈਸਵੀ। 6 ਜੋੜੇ ਲਿਆਂਦੇ 1200 ਦੇ। ਅੱਛਾ ਅੱਛਾ, ਵੱਜ ਗਏ। ਅਸੀਂ ਦੁਕਾਨ ਲੈ ਖਰੀਦ ਕੇ ਚੱਪਲਾਂ ਹੀ ਚੱਪਲਾਂ। ਤੋ ਆਹ ਚੱਪਲਾਂ ਦਵਾਈਆਂ ਆਪਾਂ, 200-250 ਰੁਪਏ ਦੀ ਆਈਆਂ ਸਾਰੀਆਂ। ਹਲੇ ਚੱਪਲਾਂ ਗਿਫਟ ਤੈਨੂੰ ਦਿੱਤੀਆਂ ਬਰਥਡੇ ਤੇ। ਥੈਂਕ ਯੂ। ਹਾਂ, ਗਿਫਟ ਤਾਂ ਗਿਫਟ ਹੀ ਹੁੰਦਾ, ਚਾਹੇ 100 ਦਾ ਹੋਵੇ ਚਾਹੇ 200 ਦਾ ਹੋਵੇ। ਤੇ ਆਹ ਆਪਣੇ ਦਾਦੀ ਜੀ ਲਸਣ ਕੱਢ ਰਹੇ ਆ, ਮੈਨੂੰ ਲੱਗਦਾ ਮੁਰਗਾ ਬਣਾਉਣਗੇ ਅੱਜ। ਦੋਸਤੋ ਵਲੌਗ ਨਾਲ ਬਣੇ ਰਹੋ, ਕੇਕ ਕੱਟਾਂਗੇ, ਤੁਹਾਨੂੰ ਦਿਖਾਵਾਂਗੇ ਤੇ ਕੇਕ ਖਾਵਾਂਗੇ ਵੀ। ਜੈਸ਼ ਖਾਊਗਾ ਕੇਕ? ਤਿਆਰੀ ਹੋ ਰਹੀ ਹੈ ਪਵਨ ਦੇ ਬਰਥਡੇ ਦੇ ਕੇਕ ਦੀ, ਤੇ ਤੁਹਾਨੂੰ ਦੱਸਿਆ ਜੀ ਅੱਗੇ ਵੀ ਪਵਨ ਬਹੁਤ ਖੁਸ਼ ਆ। ਤੇ ਖੁਸ਼ ਆ ਕਿ ਨਹੀਂ ਖੁਸ਼ ਆ ਦੱਸ ਦੇ। ਨਹੀਂ ਖੁਸ਼ ਆ, ਵਧੀਆ। ਜੈਸ਼ ਪਲੀਜ਼ ਪੁੱਤਾ ਦੇਖੋ, ਆਪੇ ਹੀ ਜੈਸ਼ ਲਾਈ ਜਾਂਦਾ, ਪੁੱਠੀਆਂ ਲਾ ਦਿੱਤੀਆਂ ਕੈਂਡਲ। ਜੈਸ਼ ਆਪੇ ਲਾ ਦੂੰਗਾ ਦੋ। ਜੈਸ਼ ਡੱਬੀ ਤੇ ਲੈ ਕੇ ਆ ਦਾਦੀ ਤੋਂ, ਜਾ ਡੱਬੀ ਤੇ ਲੈ ਕੇ ਨੇ ਅੱਗ ਮਚਾਉਣ ਵਾਲੀ। ਆ ਰੱਖੋ ਸਾਰਾ ਸਮਾਨ ਰੱਖੋ ਇੱਥੇ, ਅਸੀਂ ਕਰ ਰਹੇ ਹਾਂ ਤਿਆਰੀ। ਉਹ ਸਾਡੇ ਬਜ਼ੁਰਗ ਬੈਠੇ ਆ, ਤੇ ਆ ਸਾਡਾ ਬਜ਼ੁਰਗ ਵੀ ਆ ਜਾਣ ਨੇੜੇ। ਇਹ ਗਰਮ ਠੰਡੇ ਨੇ, ਠੰਡੇ ਹੀ ਆ। ਨਹੀਂ ਗਰਮ ਆਪਾਂ ਕਰ ਲਾਂਗੇ ਨਾ ਇਹਦੇ, ਚਲ ਉਦੋਂ ਕਰ ਲਾਂਗੇ। ਹਾਂ ਚਲ, ਮੈਂ ਤੇਰੀ ਹੈਲਪ ਕਰਾਤਾ। ਕੱਟੂਗਾ ਤਾਂ ਜੈਸ਼ ਹੀ। ਜੈਸ਼ ਹੀ ਕੱਟੂਗਾ। ਜੈਸ਼ ਹੀ ਕੱਟੂਗਾ। ਤੇ ਕੱਟ ਲਓ। ਮੰਮੀ ਆ ਜਾ, ਤੂੰ ਵੀ ਆ ਜਾ। ਚਲ ਤੇਰੇ ਕੱਪੜੇ ਤਾਂ ਨਹੀਂ ਵਧੀਆ ਪਾਏ, ਚਲ ਆ ਜਾ ਬੇਬੀ, ਤੂੰ ਬਹਿ ਜਾ ਮਾੜਾ ਜਿਹਾ ਇੱਥੇ। 3 ਮੋਮਬੱਤੀਆਂ ਜਗਾਈਆਂ, 3 ਦੇ ਨਾਲ ਇੱਕ ਲਾ ਦੇ 0। ਮੈਂ ਹੋ ਗਈਆਂ 30 ਸਾਲਾਂ ਦੀ। ਜੈਸ਼ ਨੀ ਮਾਰਤੀ। ਚਲੋ ਬੋਲੋ ਵੀ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ। ਬਸ ਕਰੋ, ਬੱਚੋ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ। ਲੈ ਜੈਸ਼ ਨੂੰ ਖਵਾ ਦੇ ਥੋੜਾ। ਜੈਸ਼ ਨੂੰ ਖਵਾ ਦੇ ਥੋੜਾ ਜਿਹਾ। ਜੈਸ਼ ਨੂੰ ਤੁਸੀਂ ਕਹੋ ਮੰਮਾ ਹੈਪੀ ਬਰਥਡੇ ਟੂ ਯੂ ਮੰਮਾ। ਤੂੰ ਕਹ ਦੇ। ਉਹ ਲੈ, ਉਹ ਲਓ। ਹੈਪੀ ਬਰਥਡੇ ਟੂ ਯੂ ਮੰਮਾ, ਤੁਸੀਂ ਵੀ ਕਹੋ। ਪਿੱਛੇ ਹੋ ਜਾ ਤੂੰ ਮਾੜਾ ਜਾ। ਹਾਂ ਲੈ, ਮੈਂ ਖਾ ਲਾਂ ਆਪੇ ਹੀ। ਜੈਸ਼ ਨੇ 2 ਦਿਨ ਹੋ ਗਏ ਰੋਟੀ ਨਹੀਂ ਖਾਧੀ, ਬੁਖਾਰ ਚੜਿਆ ਤਾਂ ਕਰਕੇ ਜੈਸ਼ ਨੂੰ ਭੁੱਖ ਲੱਗੀ ਆਈ। ਤੇ ਆ ਫੜੋ, ਤੁਸੀਂ ਪਾ ਕੇ ਕਰੋ, ਸਰਵ ਕਰ ਦੋ। ਪਵਨ ਨੂੰ ਖਵਾ ਦੇ ਮੰਮੀ। ਲੈ ਜੈਸ਼, ਬਸ ਛੱਡ। ਹਾਂ ਪਿੱਛੋਂ ਵੇਖ ਲਿਆ ਕਰ, ਫੋਟੋ ਪੂਰੀ ਹੋਣੀ ਚਾਹੀਦੀ ਸਾਡੀਆਂ। ਲਓ, ਥੈਂਕ ਯੂ। ਬਹਿ ਜਾਂਦੇ ਮੰਮੀ ਨੂੰ ਵੀ। ਬਹਿ ਜਾਂਦੇ ਸ਼ਾਬੀ। ਇੱਥੇ ਸਾਡੇ ਕਾਕੇ ਆਏ ਹੋਏ ਆ, ਦੇਖੋ ਤੁਸੀਂ। ਇੱਥੇ ਸਾਡਾ ਜੋਤ ਆਇਆ, ਵੀਡੀਓ ਬਣਾ ਰਿਹਾ ਸੀ। ਠੀਕ ਆ, ਘੋਰ ਖਾਣ ਦੋਸਤੋ ਬਰਥਡੇ ਸੀ 5 ਤਰੀਕ ਦਾ, ਤੇ 7 ਤਰੀਕ ਨੂੰ ਆਪਾਂ ਮਨਾਇਆ 1000 ਰੁਪਿਆ ਲਾ ਕੇ। ਦੇਖੋ ਤੁਸੀਂ, ਸ਼ਾਮ ਹੋਈ ਪਈ, ਸ਼ਾਮ ਨੂੰ ਕੱਟਣ ਦਾ ਮੌਕਾ ਮਿਲਿਆ। ਬਹੁਤ ਬਹੁਤ ਧੰਨਵਾਦ। ਕੇਕ ਠੀਕ ਸੀ ਤੁਹਾਡੇ ਗੰਗਾ ਨਗਰ ਦੇ ਤਾਂ ਨਹੀਂ ਰੀਸ ਕਰਦੇ? ਚਲੋ ਅਸਤਾ ਦੇ ਖੂਹਾਂ ਚ ਲੈ ਛੁੱਟੇ ਹੋ ਜਾ। ਪਹਿਲੀ ਵਾਰੀ ਲਿਆਂਦਾ ਕੇਕ ਮੈਨੂੰ ਲੱਗਦਾ ਖੂਹਾਂ ਦਾ ਪਵਨ, ਜਾਂ ਇੱਕ ਵਾਰੀ ਇਹਨਾਂ ਦੇ ਬਰਥਡੇ ਦਾ ਲਿਆ ਸੀ ਆਪਾਂ।
ਜਦੋਂ ਜੋਤ ਉਹਨਾਂ ਦਾ ਬਰਥਡੇ ਮਨਾਇਆ ਉਹ ਆਪਾਂ ਨੂੰ ਇਹਨਾਂ ਤੋਂ ਬੇਕਰੀ ਤੋਂ ਮਿਲ ਗਿਆ ਸੀਗਾ ਦੂਜੀ ਤੋਂ ਆਪਦੇ ਸੀਰੀ ਨੂੰ ਹੀ ਦੇਈ ਹਾਂ ਹਾਂ ਸਭ ਨੂੰ ਹੀ ਦੇਵਾਂਗੇ ਨਾਨੀ ਬੀਬੀ ਕਰੇ ਆ ਗਿਆ ਤੂੰ ਉਹਨੂੰ ਵੀ ਦੇ ਦੇ ਯਸ਼ ਵੀ ਖਾਊਗਾ ਦੋਸਤਾਂ ਦੇਖੋ ਸਾਡੇ ਕਬੂਤਰ ਨਾਲੇ ਤੁਹਾਨੂੰ ਇਸ ਬਲੌਗ ਦੇ ਵਿੱਚ ਕਬੂਤਰ ਵੀ ਦਿਖਾ ਦਈਏ ਤੇ ਉਹ ਸਾਹਮਣੇ ਬੈਠੇ ਆ ਦੇਖੋ ਤੁਸੀਂ ਜਾਣੀ ਆ ਇਹ ਸਾਡੇ ਬਹੁਤ ਹੀ ਪਿਆਰੇ ਜੈਸ ਇਹਨਾਂ ਨੇ ਠੰਡਾ ਪੀਣਾ ਇਹਨਾਂ ਨੂੰ ਮੰਮੀ ਤੋਂ ਨਾ ਉਹ ਡਿਸਪੋਜ਼ਲ ਵਾਲੇ ਗਲਾਸ ਲੈ ਕੇ ਆ ਡਿਸਪੋਜ਼ਲ ਵਾਲੇ ਨਹੀਂ ਹੋਣਗੇ ਦੂਜੀਆਂ ਗਲਾਸੀਆਂ ਲਿਆਓ ਸਟੀਲ ਵਾਲੇ ਸਟੀਲ ਵਾਲੀ ਗਲਾਸੀਆਂ ਲੈ ਕੇ ਆ ਚਾਰ ਪੰਜ ਆ ਭੱਜ ਜਾ ਉਥੋਂ ਦਾਦੀ ਆ ਸਾਡੇ ਬਹੁਤ ਹੀ ਪਿਆਰੇ ਬੱਚੇ ਆ ਬਾਈ ਦੇ ਸਕੂਲ ਤੋਂ ਜਾਂਦੀ ਨਹੀਂ ਦਾਦੀ ਤਾਂ ਉਹ ਸੀ ਆ ਤਾਂ ਆ ਸਿੰਮੂ ਜਾਂਦੀ ਆ ਤੈਨੂੰ ਆਉਂਦਾ ਕੁਛ ਏ ਬੀ ਸੀ ਜਾਂ ਕੁਛ ਏ ਬੀ ਸੀ ਕਿੱਥੇ ਗਈ ਸੀ ਦਾਦੀ ਤੋਂ ਲਿਆ ਗਲਾਸ ਲਿਆ ਜੈਸ ਨੂੰ ਪਾਉਣਾ ਜੈਸ ਨੂੰ ਤਾਂ ਆਉਂਦਾ ਸਾਰੇ ਜੈਸ ਨੂੰ ਆਉਂਦਾ ਪਿਆ ਜੈਸ ਸੁਣਾਉਣ ਲੱਗ ਗਿਆ ਦੋਸਤੋ ਇਹ ਸੀ ਪਵਨ ਦੇ ਬਰਥਡੇ ਦਾ ਵਲੌਗ ਛੋਟਾ ਜਿਹਾ ਸਾਡਾ ਛੋਟਾ ਜਿਹਾ ਅਸੀਂ ਕੋਈ ਬਾਹਲਾ ਖਰਚਾ ਨਹੀਂ ਕੀਤਾ ਬੁਖਾਰ ਚੜਿਆ ਵਿਆ ਤੇ ਠੀਕ ਹੈ ਜੀ ਦੋਸਤੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਪਵਨ ਤੂੰ ਵੀ ਕਰ ਬਹੁਤ ਬਹੁਤ ਧੰਨਵਾਦ ਜੀ ਥੋੜਾ ਥੋੜਾ ਥੈਂਕ ਯੂ